ਅੱਜ ਮੈਂ ਆਪ ਜੀ ਦੇ ਸਾਹਮਣੇ ਸਿੱਖ ਕੌਮ ਦੇ ਮਹਾਨ ਵਿਦਵਾਨ, ਮਹਾਨ ਲਿਖਾਰੀ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਬਾਰੇ ਇਹ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਆਓ ਧਿਆਨ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀਓ। ਭਾਈ ਸਾਹਿਬ ਸਨ ਧੁਰੋਂ ਵਰਸਾਏ ਹੋਏ, ਭਾਈ ਸਾਹਿਬ ਸਨ ਧੁਰੋਂ ਵਰਸਾਏ ਹੋਏ, ਹੈ ਸਨ ਸ਼ੁਰੂ ਤੋਂ ਹੀ ਹੋਣ ਹਾਰ, ਉਹ ਤਾਂ ਬਚਪਨ ਵਿੱਚ ਸੀ ਲਾਡ ਪਿਆਰ ਮਿਲਿਆ, ਪਲੇ ਚਾਵਾਂ ਮਲਾਰਾਂ ਦੇ ਨਾਲ, ਉਹ ਤਾਂ ਹਰ ਤਰ੍ਹਾਂ ਦੀ ਵਿਦਿਆ ਗ੍ਰਹਿਣ ਕੀਤੀ, ਨਾਮ ਬਾਣੀ ਨਾਲ ਹੋਏ ਸਰਸ਼ਾਰ, ਉਹ ਤਾਂ ਆ ਸਿੱਖੀ ਮਾਲਾ ਦੇ ਸਨ ਅਨਮੋਲ ਮੋਤੀ, ਸਿੱਖ ਜਗਤ ਦੇ ਰੋਸ਼ਨ ਮੀਨਾਰ, ਉਹ ਤਾਂ ਸਿੱਖੀ ਮਾਲਾ ਦੇ ਸਨ ਅਨਮੋਲ ਮੋਤੀ, ਸਿੱਖ ਜਗਤ ਦੇ ਰੋਸ਼ਨ ਮੀਨਾਰ, ਉਹ ਤਾਂ ਤੋ ਕਰਕੇ ਮਿਹਰ ਕੋਈ ਧੁਰੋਂ ਪਰਮਾਤਮਾ ਨੇ, ਕਰਕੇ ਮਿਹਰ ਕੋਈ ਧੁਰੋਂ ਪਰਮਾਤਮਾ ਨੇ, ਬੁੱਧੀ ਬਖਸ਼ੀ ਸੀ ਬੜੀ ਵਿਵੇਕ ਹੈ ਸੀ, ਸਾਰੇ ਧਰਮਾਂ ਦੇ ਪੜ੍ਹੇ ਗ੍ਰੰਥ ਉਹਨਾਂ, ਬੋਲੀ ਜਾਣ ਦੇ ਲਗਭਗ ਹਰੇਕ ਹੈ ਸੀ, ਉਹ ਸੀ ਗੁਰਮਤ ਗਿਆਨ ਦੇ ਮਹਾਂਸਾਗਰ, ਉਹ ਸਨ ਗੁਰਮਤ ਗਿਆਨ ਦੇ ਮਹਾਂਸਾਗਰ, ਸੁਧ ਦੇ ਪਾਵਨ ਵਿਚਾਰ ਸਭ ਨੇਕ ਹੈ ਸੀ, ਜੀਵਨ ਜੀਵਿਆ ਗੁਰਮਤਿ ਅਨੁਸਾਰ, ਉਹਨਾਂ ਰੱਖੀ ਇੱਕ ਅਕਾਲ ਤੇ ਟੇਕ ਹੈ ਸੀ, ਜੀਵਨ ਜੀਵਿਆ ਗੁਰਮਤਿ ਅਨੁਸਾਰ, ਉਹਨਾਂ ਰੱਖੀ ਇੱਕ ਅਕਾਲ ਤੇ ਟੇਕ ਹੈ ਸੀ। ਨਾਭਾ ਅਤੇ ਪਟਿਆਲਾ ਰਿਆਸਤਾਂ ਚ, ਨਾਭਾ ਅਤੇ ਪਟਿਆਲਾ ਰਿਆਸਤਾਂ ਚ ਸਦਾ ਰਹੇ ਮਹਾਰਾਜਿਆਂ ਕੋਲ ਹੈ ਸਨ, ਰਹੇ ਬੜੇ ਹੀ ਉੱਚੇ ਅਹੁਦਿਆਂ ਤੇ, ਲਏ ਫੈਸਲੇ ਬੜੇ ਅਨਮੋਲ ਹੈ ਸਨ, ਹਰ ਕੰਮ ਨਿਪੁੰਨਤਾ ਨਾਲ ਕੀਤਾ, ਹਰ ਕੰਮ ਨਿਪੁੰਨਤਾ ਨਾਲ ਕੀਤਾ, ਤੇ ਮਿੱਠੇ ਬੋਲਦੇ ਸਦਾ ਹੀ ਬੋਲ ਹੈ ਸਨ, ਝੁਕੇ ਕਦੇ ਨਾ ਕਿਸੇ ਦਬਾ ਅੱਗੇ, ਸਦਾ ਰਹੇ ਨਿਡਰ ਅਡੋਲ ਹੈ ਸਨ, ਝੁਕੇ ਕਦੇ ਨਾ ਕਿਸੇ ਦਬਾ ਅੱਗੇ, ਸਦਾ ਰਹੇ ਨਿਡਰ ਅਡੋਲ ਹੈ ਸਨ। ਦਰਸ਼ਨ ਕਰਿਓ ਭਾਈ ਸਾਹਿਬ ਜੀ ਦੀ ਪਾਵਨ ਸ਼ਖਸੀਅਤ ਦੇ, ਰਸਨਾ ਵਿੱਚ ਅਨੋਖਾ ਕੋਈ ਰਸ ਹੈ ਸੀ, ਰਸਨਾ ਵਿੱਚ ਅਨੋਖਾ ਕੋਈ ਰਸ ਹੈ ਸੀ, ਬੋਲ ਬੋਲ ਚੋਂ ਗੁਰੂ ਪਿਆਰ ਝਲਕੇ, ਭਰਮਾ ਦਾੜਾ ਤੇ ਅੱਖਾਂ ਨਾਮ ਰਸ ਭਰੀਆਂ, ਨੂਰੀ ਚਿਹਰੇ ਤੋਂ ਨੂਰੀ ਨੁਹਾਰ ਝਲਕੇ, ਹਰ ਇੱਕ ਅੱਖਰ ਜੋ ਕਲਮ ਦੇ ਨਾਲ ਲਿਖਿਆ, ਅੱਖਰ ਅੱਖਰ ਚੋਂ ਸਿੱਖੀ ਪਿਆਰ ਝਲਕੇ, ਪੰਥ ਰਤਨ ਭਾਈ ਕਾਨ ਸਿੰਘ ਜੀ ਦੇ ਪੰਥਕ ਕਾਰਜਾਂ ਵਿੱਚੋਂ ਕਿਰਦਾਰ ਝਲਕੇ,
ਪੰਥ ਰਤਨ ਭਾਈ ਕਾਨ ਸਿੰਘ ਜੀ ਦੇ ਪੰਥਕ ਕਾਰਜਾਂ ਵਿੱਚੋਂ ਕਿਰਦਾਰ ਝਲਕੇ ਜਿਹੋ ਜੇ ਮਹਾਨ ਵਿਦਵਾਨ ਸੀ ਉਹ ਜੈ ਨੇ ਵਿਰਲੇ ਵਿਦਵਾਨ ਹੋਏ ਗੁਰ ਛੰਦ ਦਿਵਾਕਰ ਤੇ ਗੁਰ ਸ਼ਬਦ ਅਲੰਕਾਰ ਰਾਹੀ ਛੰਦ ਸ਼ਾਸਤਰੀ ਵਜੋਂ ਪ੍ਰਵਾਨ ਹੋਏ ਮਹਾਨ ਕੋਸ਼ ਦੀ ਰਚਨਾ ਨੂੰ ਪੜ੍ਹ ਪੜ੍ਹ ਕੇ ਮਹਾਨ ਕੋਸ਼ ਦੀ ਰਚਨਾ ਨੂੰ ਪੜ੍ਹ ਪੜ੍ਹ ਕੇ ਵੱਡੇ ਵੱਡੇ ਵਿਦਵਾਨ ਹੈਰਾਨ ਹੋਏ ਤੇ ਜਗ ਤੋਂ ਜਾਣ ਜੋ ਚੋਲਾ ਬੇਦਾਗ ਲੈ ਕੇ ਭਾਈ ਸਾਹਿਬ ਉਹ ਖਾਸ ਇਨਸਾਨ ਹੋਏ ਜਗ ਤੋਂ ਗਏ ਜੋ ਚੋਲਾ ਬੇਦਾਗ ਲੈ ਕੇ ਭਾਈ ਸਾਹਿਬ ਉਹ ਖਾਸ ਇਨਸਾਨ ਹੋਏ ਤੋ ਉਹਦੀ ਕਲਮ ਇਤਿਹਾਸ ਨੂੰ ਰਹੀ ਲਿਖਦੀ ਉਹਦੀ ਕਲਮ ਇਤਿਹਾਸ ਨੂੰ ਰਹੀ ਲਿਖਦੀ ਸ਼ਰਧਾ ਭਾਵਨਾ ਪੂਰਨ ਵਿਸ਼ਵਾਸ ਅੰਦਰ ਹੀਰੇ ਰਤਨ ਜਵਾਹਰ ਸਨ ਮੜ ਦਿੱਤੇ ਗੁਰੂ ਸਾਹਿਬਾਂ ਦੇ ਪਾਵਨ ਇਤਿਹਾਸ ਅੰਦਰ ਹੀਰੇ ਰਤਨ ਜਵਾਹਰ ਸਨ ਮੜ ਦਿੱਤੇ ਗੁਰੂ ਸਾਹਿਬਾਂ ਦੇ ਪਾਵਨ ਇਤਿਹਾਸ ਅੰਦਰ ਚਾਰ ਚੰਨ ਪੰਜਾਬੀ ਨੂੰ ਲਾਉਣ ਦੇ ਲਈ ਲੱਗੀ ਧੁਰੋਂ ਕੋਈ ਲਗਨ ਸੀ ਖਾਸ ਅੰਦਰ ਚਮਕ ਰਹੇ ਨੇ ਸੂਰਜ ਦੇ ਵਾਂਗ ਜਾਚਕ ਸਾਹਿਤਕਾਰਾਂ ਦੇ ਸੋਹਣੇ ਆਕਾਸ਼ ਅੰਦਰ ਚਮਕ ਰਹੇ ਨੇ ਸੂਰਜ ਦੇ ਵਾਂਗ ਜਾਚਕ ਸਾਹਿਤਕਾਰਾਂ ਦੇ ਸੋਹਣੇ ਆਕਾਸ਼ ਅੰਦਰ ਸਾਹਿਤਕਾਰਾਂ ਦੇ ਸੋਹਣੇ ਆਕਾਸ਼ ਅੰਦਰ ਸਾਹਿਤਕਾਰਾਂ ਦੇ ਸੋਹਣੇ ਆਕਾਸ਼ ਅੰਦਰ।